ਵਿੱਚ ਆਇਆ ਬੇਸਿਕ ਤੌਰ ਪਰ ਇਹ ਕਿਤਨਾ ਪੁਰਾਣਾ ਗ੍ਰਾਂਟ ਇਸ ਗ੍ਰਾਂਟ ਕਿਤਨੇ ਟੋਟਲ ਕਾਰ ਹੈ ਕਰਨਾ ਨਾਮ ਵੀ ਕੋਈ ਨਹੀਂ ਯਾਦੂ ਅੱਛਾ ਇਹ ਆਬਾਦੀ ਕਾਫੀ ਸਾਰੀ ਹੈ ਜੋ ਉਹ ਨਰੇ ਚੱਕੋ ਸੀ ਉਹਦੇ ਯਾਰੀ ਇਸ ਕ ਮਲੇ ਕੀ ਆਖਣੇ ਇਸ ਮਲੇ ਕੀ ਆਖਣੇ ਗੋੜਾ ਹੋਣਾ ਹੈ ਗੋੜਾ ਹਾਂ ਅੱਛਾ ਗੋੜਾ ਬਲਾ ਕੋਈ ਨਹੀਂ ਬਾਤ ਵੇਲੇ ਪਿੰਡ ਦੇ ਕਦਾ ਇਧਰ ਰਹੇ ਬਸ ਇਸਲਾਮਾਬਾਦ ਡਿਫੈਂਸ ਜੋ ਸਣ ਕੋਠੀ ਹੈ ਨਾ ਦੋ ਹੀ ਹੁੰਦਾ ਕਦੋਂ ਆਏ ਉਥੇ ਪਾਣੀ ਸ਼ਾਣੀ ਚਾਚੇ ਕੋਲ ਪੀਣੇ ਆ ਨਾ ਚਾਚਾ ਅੱਛਾ ਸਾਈਂ ਪਾਣੀ ਸ਼ਾਣੀ ਪਿਲਾਉਣਾ ਅਸਾਂ ਕੀ ਗਰਮੀ ਲੱਗੀ ਸੀ ਸੁਰੱਖੀ ਐਵੇਂ ਤਾਂ ਨਹੀਂ ਦੱਸਣਾ ਹੋਣਾ ਪਹਿਲੇ ਕੋਈ ਐਨਰਜੀ ਹੋ ਸੀ ਤਾਂ ਸੁਰੱਖੀ ਚੈੱਕ ਕਰਾਉਣੇ ਆ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਹੋ ਸੋ ਅੱਲਾਹ ਪਾਕ ਨੇ ਹਿਫਜ਼ੋ ਇਮਾਨ ਵਿੱਚ ਸੋ ਮੈਂ ਉਸਮਾਨ ਆਜ਼ਮ ਤੁਸਾਂ ਤੱਕ ਕਿਰੇ ਆਪਣਾ ਫੈਮਿਲੀ ਯੂਟਿਊਬ ਚੈਨਲ ਉਸਮਾਨ ਆਜ਼ਮ ਓਫੀਸ਼ੀਅਲ ਜੀ ਜਨਾਬ ਇਸ ਸਮੇਂ ਮੌਜੂਦ ਆ ਤਹਿਸੀਲ ਦਡਿਆਲ ਮਾਸ਼ਾਅੱਲਾ ਇੱਕ ਬੜਾ ਹੀ ਖੂਬਸੂਰਤ ਔਰ ਪੁਰਾਣਾ ਕਿਲ੍ਹਾ ਸੁਰੱਖੀ ਦੇ ਮੁਕਾਮ ਪਰ ਆ ਜਨਾਬ ਮੇਰੇ ਆਸਾਂ ਬੇਸਿਕ ਤੌਰ ਪਰ ਸਾਰਾ ਸਫ਼ਰ ਹੈ ਨਾ ਉਹ ਸੁਰੱਖੀ ਨੇ ਕੁਝ ਚੰਦ ਢੋਕਣਾ ਸੀ ਆ ਜਨਾਬ ਇਹਨੇ ਵਲੋਗ ਮਿਸ ਨਾ ਕਰਿਆ ਨਾ ਅੱਜ ਨਾ ਵਲੋਗ ਲਕਸੀ ਭੈਣਾ ਭਰਾ ਕੀ ਬੜਾ ਸੋਹਣਾ ਜੀ ਨਾ ਭੈਣਾ ਭਰਾ ਮਾੜੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਲਾਂ ਬਰ ਵਕਤ ਸੋ ਕਿ ਮਿਲ ਹੀ ਸਕੇ ਹੁਣ ਜਨਾਬ ਇਹਨੇ ਜੁਲਨੇ ਆ ਸੁਰੱਖੀ ਨੇ ਮੁਖਤਲਿਫ ਸਾਈਂ ਢੋਕਾ ਚੈੱਕ ਕਰਾਉਣੇ ਤਾਂ ਆਈ ਜਾਓ ਅਤੇ ਜਨਾਬ ਇਹਨੇ ਫਿਰ ਕਰੋ ਸਾ ਸਫ਼ਰ ਕੀ ਇੰਜੋਏ ਜੀ ਬਿਲਕੁਲ ਤੁਸਾਂ ਜਨਾਬ ਇਹ ਸਟਾਰਟਿੰਗ ਪੁਆਇੰਟ ਸਾਨੂੰ ਦੱਸਿਆ ਸਾ ਕਿ ਸੁਰੱਖੀ ਉੱਥੇ ਜਨਾਬ ਬੋਰਡ ਲਗਾ ਸਾ ਡੇਅਰੀ ਸੁਰੱਖੀ ਸਕੂਲ ਇਹ ਜਨਾਬ ਸਾ ਬੈਕ ਸਾਈਡ ਪਰ ਜਿਹੜੀ ਬਿਲਡਿੰਗ ਸਾਨੂੰ ਨਜ਼ਰ ਆ ਰਹੀ ਇਹ ਜਨਾਬ ਇਹ ਗੌਰਮੈਂਟ ਗਰਲਜ਼ ਹਾਈ ਸਕੂਲ ਡੇਅਰੀ ਸੁਰੱਖੀ ਆ ਔਰ ਮਾਸ਼ਾਅੱਲਾ ਕਾਫੀ ਪੁਰਾਣੀ ਬਿਲਡਿੰਗ ਲੱਗਣੀ ਵੀ ਉਹਨੇ ਇਹ ਨਾ ਬਹਿ ਸਕਣਾ ਕਿ ਕਿਤਨੇ ਸਾਲ 20-25 ਸਾਲ ਤਾਂ ਹੋਣੇ ਚਾਹੀਦੇ ਲਗਭਗ ਰਚਨ ਤਾਂ ਕਿਆ ਪੜ੍ਹੇ ਹੋ ਇਹ ਨਵੀਂ ਬਿਲਡਿੰਗ ਹੈ ਨਵੀਂ ਬਿਲਡਿੰਗ ਚਲੋ 20 ਸਾਲ ਕਰੀ ਗਏ ਨਾ ਤਾਂ ਜਨਾਬ ਇਹਨੇ ਸਾਨੂੰ ਪਤਾ ਅਸਾਂ ਜਿਸ ਗ੍ਰਾਮ ਵੀ ਜਾਂ ਤਾਂ ਮਾਸ਼ਾਅੱਲਾ ਅਸਾਂ ਕੋਸ਼ਿਸ਼ ਕਰਦੇ ਹਾਂ ਕਿ ਐਸੀਆਂ ਐਸੀਆਂ ਚੀਜ਼ਾਂ ਦੱਸਾਂ ਜਿੱਥੇ ਲੋਕਾਂ ਦੀਆਂ ਯਾਦਾਂ ਵਸੀਆਂ ਹੋਣ ਅਤੇ ਇਸ ਸਕੂਲ ਵਿੱਚ ਮਾੜੀਆਂ ਬਾਜੀਆਂ ਜ਼ਾਹਿਰ ਗੱਲ ਸੁਰੱਖੀ ਨੇ ਪੜ੍ਹੀ ਅਤੇ ਇਸਲਾਮ ਮੁਕੀਮ UK ਜਨਾਬ ਇਹ ਉੱਥੇ ਸਣ ਅਸਣ ਵੀਡੀਓ ਤੋਂ ਤਕਸਣ ਜ਼ਰੂਰ ਤਾਂ ਉਹਨਾਂ ਕਿ ਆਪਣਾ ਬਚਪਨ ਯਾਦ ਹੈ ਜੇ ਅਸੀਂ ਅਸਾਂ ਜਨਾਬ ਇਹ ਸਕੂਲਾਂ 'ਚ ਪੜ੍ਹੀ ਅਤੇ ਜਨਾਬ ਇਹ ਅਸਾਂ ਅੱਗੇ ਗਏ ਹਾਂ ਐਸਾ ਕਿ ਸਾਰੀ ਬਿਲਡਿੰਗ ਨਜ਼ਰ ਆਈ ਨਹੀਂ ਤਾਂ ਜਨਾਬ ਇਹਨੂੰ ਦੇਰ ਨਾ ਕਰਨੇ ਅੱਗੇ ਦੇਰ ਬੂਹ ਹੋਏਗੀ ਇੱਕ ਦੋ ਹੋਰ ਟੋਕਾਂ ਕਰਨੀਆਂ ਸੀ ਫਿਰ ਮਿਲਣੇ ਅਸੀਂ ਬਾਦੀ 'ਚ ਆਈ ਜਾਓ ਫਿਰ ਜਿਸਾਂ
जी बिल्कुल तुम दसा सा स्टार्टिंग भी जो साना सफर जारी है सुरखी ने मकाम पर आज जनाब तुम दसा कि सुरखी ने मुख्तलिफ ढोक चेक करानियां इधर अस एक रास्ते च आ दरवाजा नजर आई गया जनाब क्या लिखा वा वेलकम टू दरवाड़ा विलेज अगर हेड़े कट्टा यह लिखा वेलकम टू दरवाड़ा विलेज दरवाजा हेड़े कट्टी उन्हें जनाब राज साहब क्या बने हो दरवाड़ा विलेज कितने दूर है दरवाजा रास्ते साहब कितना देर लगी जा कोल उसी या नेड़ा उसी लगना दूर ही है करता हूं चलो दरवाजे खड़ा चलो जुले जनाब मिलने थोड़ी देरी बाद जूसा चेक कराने दरवाड़ा विलेज बिल्कुल जनाब अली साई दसा सा कि सुरखी विलेज ना असाना विजिट हो ही रहा इतना एक असा कि मुकामी असाने बहुत ही क्लोज चाचा मिली गए ये जनाब अली असाने फैमिली ने मेंबर अस्सलाम वालेकुम चाचा क्या ठीक हो ओ ठीक ठाक अल्लाह शुक्र है और सुनाओ हाँ सब ठीक ठाक शुक्र अल्लाह पाक ना अल्लाह चाचा अच्छा मैं ग्रां में आया बेसिक तौर पर एक कितना पुराना ग्रां तो इस ग्रां च कितने टोटल कार है अच्छा कोठी माड़े चाचे रबानी होनी है कोठी जनाब चुसानी है गुलाम रसूल गुलाम सरवर चाचे होनी ना लगे गुलाम रसूल होनी है ए जनाब ऐसे बहुत आसान एक रियलिटी है तो चाचा क्या शुगल आ कौन सी बात है पिंड के पास इस्लामाबाद डिफेंस की उसने कोठी है ना दो ही है कदों आए थे इतने परसों आए अला परसों आए मैं चाचा मोजा मारी गया कदा ग्रां होने तो कदा पिंडी होने ता मैं बहुत जरा एक गोड़ा ग्रां पहले हूं तो कोठियां बनी गया तो पहले कोई था मकान को कच्चे छच्चे होने से क्या होना सिस्टम कच्चे कच्चे मकान डेडी सिटी कोर्स होने वाला ओपन मॉल होना सी ओपन मॉल अला डेडी एक चाचा शुगल मेला पुराने वक्त क्या कोई होना सा थोड़ा जहा दसो पुराने दान जान दान सुख दान कर रहे उसा भी वो आज भी चला गया ठीक है आज दो शुगल मेला लगा वाला ओले दाना कणक में पाए गाने से ठीक है कणक में दाना फले दाना दवाने से ठीक है की शुगल से पुराने वक्त चाचा चंगे से ना हां जी हां इस मोहब्बत है से ना बॉडी करा मारने से करा मार दान प्रसाद पे के जोर से हां आला एस बी करा मार बड़ पे कर आला बॉडी फिर ले के से करा नाल वाह जी वाह एक पुरानी याद होगी जे माशाल्लाह ए जनाब चाचे ना गपशप होगी शॉर्ट जी जनाब अली और मजड़ा मल्ला घोड़ा ना ओ जनाब अली चेक करा सा ते हुन जुले आ ते थैंक यू चाचा सुन माशाल्लाह मिली तो बड़ी खुशी हुई पानी दे जाला कर जजाक अल्लाह जी बिल्कुल चाचे ने गप मारी रहे चाचा गुलाम सरवर ए जनाब अली उन्होंने जनाब अली पैलेस देखो माशाल्लाह बड़ा खूबसूरत पैलेस आ चाचे को जो मेरे को ड्रोन होना ना तो मैं पूरा सा डारी तो दसा कि कोठा कितना बड़ा पर माशाल्लाह बड़ी खूबसूरत इन्होंने जनाब अली कोठी है तो इस साइड अगर अच्छे हो तो माशाल्लाह सहन है कितना खूबसूरत है मेरा वाह जी वाह साहब देखो कार खूबसूरती चेक करो और छोड़ो
पूरा कारपीट है मजा आई जना बूटे देखो चाचे कितने खूबसूरत लाए हुए इधर अगर हूं इधर नाल अच्छो आई जो हां ये तो कोना जना चाचे था भी है कि मॉल बनाया वाह वाह जी वाह राय साहब मैं आके स्कूल आई गया के ऐ जना चाचे ने था बैठ गया सीटा पर ते जनाब एदी एंजॉय करना चाचा पानी शानी चाचे को पीने है ना चाचा ने से अच्छो सही पानी शानी पिलाना असें की गर्मी लगी सी सुरखी है तो दसन हाँ पहले कोई एनर्जी हो सी तो सुरखी चेक कराने पानी शानी पीने तो फिर जनाब बोले हो जो सखी ने कोई मल्ले रेड़े ना चेक कराने फिर मिलने सही थोड़ी देरी बाद
ਮਕਬਰਾ ਨਾ ਕੋਈ ਚੌਧਰੀ ਯੂਨਸ ਸੁਰਖਵੀ ਸਾਹਿਬ ਦਾ ਮਕਬਰਾ ਆ ਅੱਲਾਹ ਤਾਲਾ ਉਹ ਜਾਂ ਚੰਗਾ ਕਰੇ ਚੀਫ ਜਸਟਿਸ ਯੂਨਸ ਰਫੀ ਸਾਹਿਬ ਦਾ ਸਾਰਾ ਜਿਹੜਾ ਬਾਇਓਡੇਟਾ ਜ਼ਿੰਦਗੀ ਨੇ ਬਾਰੇ 'ਚ ਕਦੋਂ ਪੈਦਾ ਹੋਏ ਸੀ ਅਤੇ ਕਦੋਂ ਇਹਨਾਂ ਮੈਟਰ ਕੀਤੀ ਸੀ ਅਤੇ ਕਦੋਂ ਜਨਾਬ ਇਹਦੀ ਇਹਨਾਂ ਲਾਅ LLB ਕੀਤੀ ਅਤੇ ਉਸ ਤੋਂ ਬਾਅਦ ਜਨਾਬ ਇਹਦੇ ਮਾਸ਼ਾਅੱਲਾ ਜਿਹੜਾ ਇਹ ਜਨਾਬ ਚੀਫ ਜਸਟਿਸ ਨੇ ਉਹਦੇ ਉੱਪਰ ਫਾਇਜ਼ ਹੋਏ ਸਾਰੀ ਡਿਟੇਲ ਤੋਂ ਜ਼ੂਮ ਕਰੀ ਅਤੇ ਜਨਾਬ ਇਹਦੀ ਵੀਡੀਓ ਸਟਾਪ ਕਰੀ ਅਤੇ ਸਾਰੀ ਡਿਟੇਲ ਸਾਰੇ ਸੌ ਪੜ੍ਹੀ ਕਿਨਿਆਂ ਨੇ ਤਾਂ ਜਨਾਬ ਨੂੰ ਉਸ ਨੇ ਕਵਰ ਪਰ ਚੁਣਿਆ ਤਾਂ ਫਿਰ ਜੀ ਬਿਲਕੁਲ ਅਸਾਂ ਜਿਹੜਾ ਸਫ਼ਰ ਸੀ ਨਾ ਉਹ ਜਿਹੜੇ ਸੁਰੱਖੀ ਨਾਲ ਸਾਂ ਹੁਣ ਅਸਾਂ ਮਾਸ ਪਰ ਆਇਆ ਜਨਾਬ ਇਹ ਸੋ ਪਾਉ ਮਕਬਰੇ ਦੀ ਵੀਡੀਓ ਨਜ਼ਰ ਆਈ ਅਸੀਂ ਤਾਂ ਅਸਾਂ ਕਰ ਇਸ ਮਕਬਰੇ ਨੇ ਅੰਦਰ ਆਈ ਗਿਆ ਇਸ ਪਤਾ ਕਿ ਵੀਡੀਓ ਤੱਕੀ ਤਾਂ ਲੋਕ ਸਮਝ ਗਿਆ ਸਨ ਕਿ ਕਿਹੜਾ ਮਕਬਰਾ ਇਹ ਜਿਹੜਾ ਐਗਜੀ ਕਬਰ ਹੈ ਨਾ ਮਕਬਰਾ ਸੀ ਜੀ ਜਸਟਿਸ ਮੁਹੰਮਦ ਯੂਨਸ ਸੁਰੱਖੀ ਸਾਹਿਬ ਜੀ ਜਸਟਿਸ ਸਰਦਾਰ ਜੰਮੂ ਕਸ਼ਮੀਰ ਇਹ ਜਨਾਬ ਜੀ ਫੋਤ ਹੋਏ 13 ਸਤੰਬਰ 2004 ਵਿੱਚ ਅੱਲਾਹ ਤਾਲਾ ਨੇ ਉਹ ਜਾਨ ਚੰਗਾ ਕਰਿਆ ਜੀ ਇਹਨਾਂ ਨੇ ਅੱਲਾਹ ਤਾਲਾ ਆਖਰੀ ਮੰਜ਼ਲਾਂ ਆਸਾਨ ਕਰਨ ਅਤੇ ਇਹਨਾਂ ਮਾਸ਼ਾਅੱਲਾ ਬੜੇ ਬੜੇ ਅੱਛੇ ਫਲਾਈ ਕੰਮ ਵੀ ਕਰਦੇ ਰਹੇ ਆਪਣੇ ਦੌਰ ਵਿੱਚ ਤਾਂ ਮਾਸ਼ਾਅੱਲਾ ਬਹੁਤ ਹੀ ਅੱਛੇ ਇਨਸਾਨ ਸੀ ਅਸਾਂ ਦੁਆ ਕਰਦੇ ਹਾਂ ਜਨਾਬ ਲਈ ਦੁਆ ਕਰਦੇ ਹਾਂ ਜਨਾਬ ਅਲੀ ਅਸਾਂ ਦੁਆ ਕਰੀ ਕੀਤੀ ਤਾਂ ਇਸ ਜਨਾਬ ਅਲੀ ਦੁਆ ਤੋਂ ਬਾਅਦ ਜਨਾਬ ਅਲੀ ਸਾਨੂੰ ਇੱਕ ਸਾਂ ਇਜਾਜ਼ਤ ਅਗਰ ਜ਼ਿੰਦਗੀ ਫਾ ਕੀਤੀ ਚੰਦ ਇੱਕ ਨਵੀਂ ਜਗ੍ਹਾ ਇੱਕ ਨਵੇਂ ਉਦੋਂ ਤੁਸਾਂ ਸਾਹਮਣੇ ਹਾਜ਼ਰ ਹੋ ਸਾਂ ਤਦ ਤੱਕ ਆਪਣੇ ਮਿਜ਼ਬਾਨ ਸੁਭਾਨ ਅਜ਼ਮ ਦੀ ਇਜਾਜ਼ਤ ਦੱਸੋ ਅੱਲਾਹ ਸੁਣੇ।